जी दा गुजारा करी दा, माड़ा मोटा गुजारा कर ली दा, थोड़ा थोड़ा लिया के। बेटा भी ठीक है, सारा कुछ दादा। बेटा भी हाडा एक ठीक नहीं है, ओदी भी दवाई आंदी आ, ते मैं भी किसी वेले मेरा भी बीपी वध जांदा, मैनू भी दवाई लिया के दिंदे आ, ते इदा गुजारा करी दा थोड़े जी। ਕੋਈ ਅੱਗੇ ਪਿੰਡ ਵੱਲੋਂ ਆਇਆ ਹੋਵੇਗਾ ਮਤਲਬ? ਨਹੀਂ, ਪਿੰਡ ਵੱਲ ਕੋਈ ਨਹੀਂ ਆਇਆ। ਕੋਈ ਰਿਸ਼ਤੇਦਾਰ ਆਇਆ? ਨਹੀਂ, ਨਾ ਕੋਈ ਰਿਸ਼ਤੇਦਾਰ, ਨਾ ਕੋਈ ਪਿੰਡ ਵੱਲੋਂ ਆਇਆ, ਕਿਸੇ ਨੇ ਨਹੀਂ ਬਾਤ ਪੁੱਛੀ ਆ ਕੇ ਸਾਡੀ ਕਦੇ। ਸਰਪੰਚ ਤਾਂ ਇੱਧਰ ਨੂੰ ਆਉਂਦਾ ਹੀ ਨਹੀਂ ਨਾ, ਜਦੋਂ ਗਲੀ ਬਣਦੀ ਰੋਂਦਾ ਹੀ, ਨਾ ਕਦੀ ਆਇਆ ਨਾ ਕਦੀ ਪੁੱਛਿਆ ਵੀ ਤੁਹਾਡਾ ਕੀ ਹਾਲ ਵਾ, ਤੁਹਾਡੇ ਅੰਦਰ ਪਾਣੀ ਜਾਂਦਾ ਵਾ, ਤੁਹਾਨੂੰ ਮਿੱਟੀ ਪਵਾ ਕੇ ਦਈਏ, ਕਿਸੇ ਨੇ ਵੀ ਨਹੀਂ ਕਦੀ ਆ ਕੇ ਪੁੱਛਿਆ, ਜਿੰਨਾ ਕੁ ਇੰਨਾ ਵਰਤ ਸਕਿਆ ਉਹਨਾਂ ਮਿੱਟੀ ਸਾਨੂੰ ਪਵਾ ਕੇ ਦਿੱਤੀ ਆ। ਮੁੰਡੇ ਨੂੰ ਕਿੰਨੀ ਕੁ ਦੇਰ ਹੋ ਗਈ ਬਿਮਾਰ? ਇਹ ਜਦੋਂ ਹੋਇਆ ਸੀ ਉਦੋਂ ਇਹਦੇ ਅੰਦਰ ਜ਼ਹਿਰ ਚਲ ਗਈ, ਤਾਂ ਉਦੋਂ ਤੋਂ ਬਿਮਾਰ ਹੈ। ਉਦੋਂ ਤੋਂ ਇੱਦਾਂ ਨਾ ਬਾਹਰ ਹੀ ਜਾਂਦਾ ਵਾ, ਨਾ ਬਾਥਰੂਮ ਲੈਟਰਿੰਗ ਜਾ ਸਕਦਾ, ਕਰਾ ਕੇ ਲਿਆਈ ਦੀ ਫਿਰ। ਠੀਕ ਹੋ ਸਕਦਾ? ਹਾਂਜੀ ਠੀਕ ਹੋ ਸਕਦਾ ਜੇ ਦਵਾਈ ਮਿਲੇ ਤਾਂ, ਡਾਕਟਰ ਨੇ ਕਿਹਾ ਵੀ ਇਹਨੂੰ ਦਵਾਈ ਖਵਾ ਲਓ ਲਗਾਤਾਰ, ਤਾਂ ਫਿਰ ਠੀਕ ਹੋ ਜਾਊਗਾ, ਅਤੇ ਪੈਸਿਆਂ ਦਾ ਕਰਕੇ ਦਵਾਈ ਨਹੀਂ ਲਿਆਉਂਦੀ ਜਾਂਦੀ। ਗੁਬਾਰੇ ਵੇਚਦੇ ਜੀ, ਖਿਡੌਣੇ ਵੇਚਦੇ ਭਾਈ, ਉਹਨਾਂ ਨਾਲ ਗੁਜ਼ਾਰਾ ਕਰੀਦਾ, ਕਿਸੇ ਵੇਲੇ 200 ਬਣ ਜਾਂਦਾ, ਕਿਸੇ ਵੇਲੇ 150, ਇਹਨਾਂ ਨਾਲ ਗੁਜ਼ਾਰਾ ਕਰੀਦਾ ਜੀ, ਟਾਈਮ ਪਾਸ ਕਰੀਦਾ ਇਹਨਾਂ 'ਚ। ਕਈ ਵਾਰੀ ਖਾਲੀ ਵੀ ਆਉਣਾ ਪੈਂਦਾ ਵਾ, ਤਾਂ ਦੁੱਧ ਲਿਆਈਦਾ ਵਾ ਬੱਚੇ ਲਈ, ਗੁੜੀਆ ਲਈ, ਉਹ ਕਈ ਵਾਰੀ ਉਧਾਰ ਲਿਆਈਦਾ, ਉਹ ਕਈ ਵਾਰੀ ਉਧਾਰ ਵੀ ਨਹੀਂ ਦਿੰਦੀ, ਫਿਰ ਅਗਲੇ ਦਿਨ ਦੇਈਦੇ ਉਹਨੂੰ। ਕਰਨਾ ਪੈਂਦਾ ਭਾਅ ਜੀ, ਕੀ ਕਰੀਏ ਫਿਰ, ਕਿਸੇ ਨੂੰ ਕੀ ਦੱਸੀਏ, ਸਾਨੂੰ ਇੰਨੇ ਕੀ ਪੈਸੇ। ਪਿੰਡੋਂ ਕੋਈ ਮਤਲਬ ਵਾਸਤੇ ਗਿਆ? ਹਾਂਜੀ, ਕੋਈ ਸਰਪੰਚ ਮੈਂਬਰ ਕੋਈ ਪਿੰਡੋਂ ਆਇਆ ਹੋਇਆ? ਨਹੀਂ, ਅਜੇ ਤੱਕ ਨਹੀਂ ਕੋਈ ਆਇਆ। ਕੋਈ ਟ੍ਰਾਈਸਾਈਕਲ ਹੈਗਾ ਤੁਹਾਨੂੰ? ਨਹੀਂ, ਅਜੇ ਤੱਕ ਨਹੀਂ ਕਿਸੇ ਨੇ ਦਿੱਤਾ ਨਾ ਲਿਆ ਜੀ।